ਬੋਲ ਫਿਰ ਕੁਛ। ਹਾਂਜੀ ਗਾਇਸ, ਵੈਲਕਮ ਟੂ ਆਰ ਫਸਟ ਵਲੌਗ। ਅਤੇ ਆਪਾਂ ਹੁਣ ਤਿਆਰ ਹੋ ਗਏ ਹਾਂ, 3 ਵੱਜ ਚੁੱਕੇ ਨੇ, ਤੋਲੇ ਚੱਲੇ ਹਾਂ ਸੜੀ, ਅਤੇ ਸਾਰੀ ਰਾਤ ਸੁੱਤੇ ਨਹੀਂ ਹੈਗੇ। ਅਤੇ ਹੁਣ ਠੀਕ ਲੱਗਦੇ ਫਿਰ ਸਾਰੇ? ਆ ਓਏ ਹਰਵੀਰ, ਮੈਂ ਤਾਂ ਲੱਗਣੀ ਹੈ ਠੀਕ। ਗੱਲ ਬਾਤ ਲੱਗੀ ਜਾਂਦੀ ਆ ਮੁੰਡਿਆਂ ਦੀ, ਕਹਿੰਦੇ ਸਵੇਰ ਦੇ ਉੱਠੇ ਤਾਂ ਹੈ ਨਹੀਂ ਅਸੀਂ, ਹੁਣ ਉੱਠ ਕੇ ਕਾਲਜ ਚੱਲਦੇ ਹਾਂ ਅਤੇ ਕਲਾਸ ਵਗੈਰਾ ਲਾਉਂਦੇ ਹਾਂ, ਦੇਖਦੇ ਹਾਂ ਕੀ ਮਾਹੌਲ ਹੈ ਫੈਕਟਰੀ ਦੇ ਅੱਜ। ਆਹ ਸਾਡਾ ਬੁਲਟ ਹੈ ਜੀ, ਆਪਣੇ ਕੋਲ ਸੁੱਖ ਨਾਲ ਸਾਰਿਆਂ ਕੋਲੇ ਬਾਵਾ ਨੇ, ਥੋੜੀ ਬੋਟੀ ਪਾਰਟੀ ਨੂੰ ਵੀ ਸਪੋਰਟ ਕਰਦੇ ਨੇ। ਬੋਟ ਆਈ ਨੀ ਪਤਾ ਸਾਨੂੰ ਕਿਹਨੂੰ ਪਾਵਾਂਗੇ, ਪਰ ਸਟicker ਜ਼ਰੂਰ ਲਾ ਲਏ ਸੀ ਇਹਦੇ। ਕਿਹੜੀ ਕਾਰ ਤੇ ਨੈਪੋਲੀਅਨ ਤੇ ਜਾਣਾ ਕਿ ਇਹਦੇ ਤੇ ਜਾਣਾ? ਨਹੀਂ ਕਾਲਜ ਤਾਂ ਫਿਰ ਆਪਾਂ, ਤੈਨੂੰ ਪਤਾ ਹੈਗਾ ਕਾਲਜ ਪਿੱਛੇ ਕੋਈ ਥਾਰ ਕਿੱਧਰ ਗਈ ਆਪਣੀ? ਹੈ ਥਾਰ ਆਪਣੀ ਕੋਈ ਲੈ ਗਿਆ ਪੈਣ ਦਾ, ਉਹ ਥਾਰ ਲੈ ਗਿਆ ਕਾਲਜ ਚ ਦਿਖਾ ਦਿੰਦੇ ਆ ਕਾਲਜ ਚ ਦਿਖਾਉਂਦੇ ਆ। ਲੈ ਕੇ ਕਿਹਾ ਹੋਇਆ ਸਰ? ਚਲੋ ਚੱਲੀਏ ਤੇ ਫਿਰ ਆਪਾਂ ਮਿਲਦੇ ਆ, ਆਪਣਾ ਘਰ ਦਿਖਾ ਦੇ ਆਪਣੇ ਘਰ ਦਿਖਾ ਦੀਏ। 44 ਹਾਊਸ ਤੇ ਇਹ ਹੈਗਾ ਉੱਠੀ ਆਪਣੀ 44 ਨੰਬਰ ਹਾਊਸ ਤੇ ਆਪਣਾ ਦਾਖਲ ਕਿੰਨੂ ਆਦਾ ਕਿੰਨੂ ਕੀਤਾ ਪਿਆ। ਚਲੋ ਮਿਲਦੇ ਆ ਜਲਦੀ, ਮਿਲਦੇ ਆ ਕਾਲਜ। ਕਾਲਜ ਚੱਲਦੇ ਆ ਅਸੀਂ, ਰਹਿੰਦੇ ਵੈਸੇ 33 ਸੈਕਟਰ, ਕਾਲਜ ਸਾਡਾ ਨਾਲ ਹੀ ਆ। ਐ ਨੀ ਪਤਾ ਕਿੰਨੇ ਵਜੇ ਉੱਠ ਕੇ ਜਾਈਏ, ਟਾਈਮ ਵੀ ਦਿਖਾ ਦੇ ਵੀ 3:47 ਹੋ ਚੁੱਕੇ, 3:47 ਹੋ ਗਏ ਟਾਈਮ ਦੇ। ਬਾਕੀ ਫਿਰ ਜਾ ਕੇ ਆਪਾਂ ਕਲਾਸਾਂ ਲਾਉਣ ਜਾਂਦੇ, ਆਪਣਾ ਹੋਰ ਕੋਈ ਮੋਟਿਵ ਨੀ ਹੈਗਾ। ਆਪਣੀ 4 ਵਜੇ ਅੱਜ ਹੈਗੀ ਆ ਕਲਾਸ, ਕਲਾਸ ਦੇ ਵਿਚ ਆਪਾਂ ਜੇ ਹੋ ਸਕਿਆ ਵਲੌਗ ਸ਼ੂਟ ਕਰਾਂਗੇ, ਜੇ ਇਜਾਜ਼ਤ ਮਿਲ ਗਈ ਟੀਚਰ ਸਾਹਿਬਾਨਾਂ ਵੱਲੋਂ, ਤੇ ਆਪਾਂ ਜ਼ਰੂਰ ਤੁਹਾਨੂੰ ਕਲਾਸ ਦਾ ਵੀ ਸਾਰਾ ਵਿਊ ਦਿਖਾਵਾਂਗੇ। ਵੈਸੇ ਮੌਸਮ ਵੀ ਅੱਜ ਬਹੁਤ ਵਧੀਆ ਹੋ ਚੁੱਕਿਆ, ਜਸਦੀਪ ਮੌਸਮ ਵੀ ਦਿਖਾ ਦੇ ਮਾੜਾ ਜਿਹਾ। ਆਹ ਦੇਖੋ ਮਾਹੌਲ, ਇੱਕ ਨੰਬਰ ਗੱਲਬਾਤ ਹੋਈ ਪਈ ਆ। ਇਹਦਾ ਕਾਲਜ ਜਾ ਕੇ ਦੇਖੋ ਮਾਹੌਲ ਤਾਂ। ਚੱਲ ਫਿਰ ਹੁਣ ਕਾਲਜ ਹੀ ਮਿਲਦੇ ਆ ਨਾ ਇਹਨਾਂ ਨੂੰ। ਚਲੋ ਮਿਲਦੇ ਆ ਗਾਇਸ, ਆਪਾਂ ਹੁਣ ਆਪਣੀ ਕਾਲਜ ਵਾਲੀ ਸੜਕ ਤੇ ਬਈ ਜੀ। ਇੱਥੋਂ ਪਤਾ ਉਹੀ ਪਤਾ ਲੱਗਣ ਲੱਗ ਜਾਂਦਾ ਸਟੂਡੈਂਟਸ ਦੇ ਬੈਗ ਟੰਗੇ ਨੇ। ਆਪਣੀ ਵੈਸੇ 4 ਵਜੇ ਵਾਲੀ ਕਲਾਸ ਪਈ ਆ, ਉਹ ਲਾਉਂਦੇ ਜਾ ਕੇ। ਪੜ੍ਹਨ ਵਾਲੇ ਬੱਚੇ ਆ ਪੂਰੇ ਸਾਰੇ, ਹੱਥ ਨੇ ਪੜ੍ਹਨ ਵਾਲੇ ਮਿਲਦੇ ਆ ਆਪਣੇ ਵਰਗੇ। ਚਲੋ ਫਿਰ ਪੜ੍ਹਨ ਵਾਲੇ ਸ਼ਾਮ ਨੂੰ ਹੀ ਆਉਂਦੇ ਆ। ਉਹ ਸੀਗੀ ਆਪਣਾ ਐਸਟੀ ਕਾਲਜ, ਐਸਡੀ ਕਾਲਜ ਪਹੁੰਚ ਚੁੱਕੇ ਮੁੰਡਿਓ। ਐਨਐਸਯੂਆਈ ਵੀ ਦਿਖਾ ਦੇ। ਐਨਐਸਯੂਆਈ, ਐਨਐਸਯੂਆਈ ਦਾ ਕੀ ਕਹਿੰਦੇ ਪੂਰਾ ਜ਼ੋਰ ਆ, ਕਿਉਂ ਵੀ ਆ ਵੀ ਮਿਲ ਗਈ ਜਮਾ ਕਾਲਜ ਦੇ ਸਾਹਮਣੇ। ਆਪਣੀ ਦੂਜੀ ਕਾਰ ਦੀ ਵੀ ਇੱਥੇ ਖੜੀ ਹੋਣੀ ਹੈ ਕਿਤੇ, ਉਹ ਆਪਣਾ ਬੰਦਾ ਦੂਜਾ ਉਹਨੂੰ ਮਿਲਦੇ ਆ। ਚਲੋ ਕਾਰ ਚ ਹੀ ਮਿਲਾਉਣੇ ਆ ਤੁਹਾਨੂੰ, ਗੁਣਤਾਸ਼ ਵੀਰ ਦਰਸ਼ਨ ਦਿਵਾਉਣੇ ਆ, ਗੁਣਤਾਸ਼ ਵੀਰ ਦੇ ਆਪਣੇ ਯਾਰ ਦੇ। ਆਪਣਾ ਫਲੈਟ ਮੇਟ ਆ, ਚਲੋ ਫੇਰ ਵੀ ਦੇਖੋ ਚਤਰਾ ਪੂਰਾ ਤੁਰਿਆ ਆਉਂਦਾ। ਹੈਲੋ ਬ੍ਰੋ, ਹਾਊ ਆਰ ਯੂ, ਕਿਵੇਂ ਹੋ? ਗੁੱਡ ਗੁੱਡ, ਕੀ ਹਾਲ ਹੈ ਬਈ? ਬੈਠੋ ਉਹ ਹੋਰ ਬਈ, ਮਡੂਸਾ ਲਈ ਬੈਠੇ ਤੁਸੀਂ। ਮਿਲੋ ਗਾਈਜ਼ ਆਪਣੇ ਨਵੇਂ, ਮਤਲਬ ਨਵਾਂ ਨਹੀਂ, ਚਲੋ ਫਰੈਂਡ ਤਾਂ ਪੁਰਾਣਾ ਹੀ ਆ, ਤੁਹਾਡੇ ਲਈ ਨਵਾਂਗਾ ਵਲੌਗ ਚ ਨਵਾਂ। ਸਾਨੂੰ ਤਾਂ ਤੁਸੀਂ ਜਾਣ ਚੁੱਕੇ ਹੋ, ਗੱਡੀ ਦੇ ਸ਼ੀਸ਼ੇ ਕਾਲੇ ਕਰੀ ਫਿਰਦਾ ਆਪਣੀ ਥਾਰ ਦੇ। ਆਪਣੀ ਥਾਰ ਕਿੱਥੇ ਖੜੀ ਆ? ਬੋਰਡ ਮੋੜ ਖੜੀ ਆ ਵੀਰ। ਤੇਰੀ ਥਾਰ ਨਾ ਕਹਿਓ, ਅਸੀਂ ਪਹਿਲਾਂ ਹੀ ਵਲੌਗ ਚ ਦੱਸ ਚੁੱਕੇ ਆ, ਦੱਸ ਚੁੱਕੇ ਆ, ਕੋਈ ਗੱਲ ਨਹੀਂ ਹੋ ਜਾਂਦਾ ਗਾ ਕੀ ਜੀ। ਤੇ ਮੇਰੇ ਭਰਾ ਦੀ ਥਾਰ ਤਾਂ ਮੇਰੀ ਹੋਣੀ ਆ। ਉਹ ਤਾਂ ਚਲੋ ਆਪਣੀ ਆਪਣੀ ਆ, ਸਾਰੀ ਆਪਣੀ ਆ, ਉਹ ਤਾਂ ਕੋਈ ਗੱਲ ਹੀ ਨਹੀਂ ਨਾ ਹੈ। ਉਹ ਦੇਖੋ ਆਪਣੀ ਥਾਰ ਖੜੀ ਆ PV31, ਆ ਖੜੀ ਆ PV31X8111। ਉੱਤੋਂ ਆਪਣੇ ਪੇਜ ਦਾ ਨਾਮ ਵੀ PV31 ਚੰਡੀਗੜ੍ਹ ਹੀ ਹੈਗਾ। ਤੇ ਪਲੀਜ਼ ਸਾਰੇ ਸਬਸਕ੍ਰਾਈਬ ਕਰ ਦਿਓ ਤੇ ਨੋਟੀਫਿਕੇਸ਼ਨ ਲਾਈਕ ਆਨ ਕਰ ਲਿਓ। ਇਹ ਆਪਣੇ ਕਾਲਜ ਦਾ ਵਿਊ ਹੈ ਗੇਟ ਤੋਂ ਸਾਰਾ, ਠੀਕ ਹੈ। ਹੁੰਦਾ ਲੜਾਈ ਹੋ ਕੇ ਹੱਡੀ, ਉਹ ਲੱਗਦਾ ਮੈਨੂੰ ਇਕੱਠਾ, ਕਿਉਂ ਲੱਗਦਾ ਮੈਨੂੰ? ਆਈ ਥਿੰਕ ਸੋ, ਆਏ ਨਹੀਂ ਪਤਾ ਲੜਾਈ ਹੋਈ ਹੋਵੇ ਉਹਦਾ, ਪਰ ਦੂਜੀ ਨੇ ਲੜਨ ਵਾਲੇ ਤਾਂ ਲੱਗਦੇ ਨੇ। ਦੇਖ ਲੈਂਦੇ ਮਾੜਾ ਜਿਹਾ ਕੁਛ ਹੈ ਇੱਧਰ, ਵਧੀਆ ਉਹ ਗੇਟ ਕਨੀ ਫੁੱਲ ਬੂਟੇ ਸੀ।
ਫਿਰ ਚੱਲੀਏ ਕਾਲਜ ਉਤਰ ਕੇ ਚੱਲਦੇ ਆ ਬਸ ਆਪਾਂ ਗੱਡੀ ਗੱਡੀ ਪਾਰਕ ਕਰ ਦਈਏ ਫਿਰ ਆਪਾਂ ਕਾਲਜ ਦੇ ਸਾਹਮਣੇ ਪਾਰਕ ਕਰ ਦਿੰਦੇ ਲੋਕੇਸ਼ਨ ਅੱਛੀ ਆ ਜਾਂ ਐਨ ਐਸ ਯੂ ਵੀ ਨਾਲ ਤਾਂ ਨਹੀਂ ਕਰਨੀ ਨਹੀਂ ਨਹੀਂ ਇਹਦਾ ਕੋਈ ਚੱਕਰ ਨਹੀਂ ਇਹ ਕਾਰ ਦੇ ਨਾਲ ਆਪਣੀ ਕਾਰ ਖੜੀ ਸੋਹਣੀ ਨਹੀਂ ਲੱਗਣੀ ਗੱਡੀ ਹੋਈ ਪਾਰਕ ਆਪਣੀ ਚੱਲਿਆ ਕਾਲਜ ਨੂੰ ਚਾਰ ਵਾਲੀ ਕਲਾਸ ਕਲਾਸ ਮੇਰੀ ਹੈਗੀ ਆ ਹੁਣ ਇੰਗਲਿਸ਼ ਦੀ ਫਿਰ ਉਹਦੇ ਬਾਅਦ ਪੋਲੀਟੀਕਲ ਦੀ ਫਿਰ ਆਪਾਂ ਵਿਹਲੇ ਫਿਰ ਆਪਾਂ ਫਲੈਟ ਜਾ ਕੇ ਕੁੱਕ ਆਊਗਾ ਫਿਰ ਰੋਟੀ ਖਾ ਕੇ ਆਪਾਂ ਸਾਈਕਲਿੰਗ ਕਰਨ ਜਾਣੀ ਆ ਫਿਰ ਉਹਦੇ ਬਾਅਦ ਬਸ ਦੋ ਚਾਰ ਗੱਲਾਂ ਕਰਾਂਗੇ ਬਸ ਫਿਰ ਉਹਦੇ ਬਾਅਦ ਆਪਣਾ ਚੱਲੇ ਹਾਂ ਦੇਖੋ ਗਾਇਸ ਕਿੰਨਾ ਵਧੀਆ ਮੌਸਮ ਹੈ ਆਡੀਟੋਰੀਅਮ ਦਾ ਵਿਊ ਵੀ ਦਿਖਾ ਦੇ ਆਡੀਟੋਰੀਅਮ ਸਾਹਮਣੇ ਆਡੀਟੋਰੀਅਮ ਆ ਗਿਆ ਆਪਣੀ ਠੀਕ ਹੈ ਵੀ ਠੀਕ ਹੈ ਚੰਡੀਗੜ੍ਹ ਆਉਣ ਵਾਸਤੇ ਪ੍ਰੇਰਿਤ ਕਰ ਕੀ ਕਰਨਾ ਉਹਨਾਂ ਦੇ ਘਰ ਪੱਟੇ ਜਾਣੇ ਲੋਕਾਂ ਦੇ ਜੇ ਚੰਡੀਗੜ੍ਹ ਵਾਸਤੇ ਪ੍ਰੇਰਿਤ ਕਰਤੇ ਬਸ ਉਰੇ ਪੈਸੇ ਹੀ ਹੈ ਥੋੜਾ ਜਿਹਾ ਐਨ ਸੀ ਸੀ ਵਾਲਿਆਂ ਦਾ ਉਹ ਵੀ ਦਿਖਾਉਣੇ ਕੱਲ ਨੂੰ ਪਰੇਡ ਉਰੇ ਅੱਛਾ ਕੁਛ ਵੀ ਨੀ ਹੈਗਾ ਮਾਨਸਾ ਦੇ ਚਤਰੇ ਲੋਕ ਚਤਰੇ ਲੋਕ ਹੁਣ ਕੈਮਰਾਮੈਨ ਬਦਲ ਗਿਆ ਹੈ ਮਿਲੋ ਆਪਣੇ ਮਾਨਸਾ ਟੀਮ ਨਾਲ ਹੋਰ ਬਾਈ ਹੋਰ ਬਾਈ ਵਧੀਆ ਹੋਰ ਬਾਈ ਐਨਕ ਤਾਂ ਹੁਗੋ ਬੋਸ ਦੀ ਲਾ ਲਈ ਅੱਜ ਦਾ ਮੁੰਡੇ ਨੇ ਚਲੋ ਮਿਲਦੇ ਆ ਕਲਾਸਾਂ ਚ ਚੱਲਦੇ ਆ ਕਲਾਸਾਂ ਚ ਆ ਗਏ ਕਲਾਸ ਰੂਮ ਮੂਰੇ ਪਰ ਕਲਾਸ ਖਾਲੀ ਪਈ ਆ ਟੀਚਰ ਹੀ ਨਹੀਂ ਹੈਗਾ ਟੀਚਰ ਹੀ ਲੀਵ ਤੇ ਵਗ ਗਿਆ ਜਾ ਕੇ ਮੁੰਡੇ 4 ਵਜੇ ਕਲਾਸ ਲਾਉਣ ਉੱਠ ਕੇ ਇੱਕ ਉਹ ਬੰਦਾ ਲਾਦਾ ਜਾਣ ਪਛਾਣ ਦਾ ਲਾਦਾ ਮੈਨੂੰ ਇਹ ਚ ਹੈਗਾ ਟੀਚਰ ਇਹ ਚ ਵੀ ਨਹੀਂ ਹੈਗਾ ਆ ਖੜੇ ਆ ਕੋਰੀਡੋਰ ਵਿੱਚ ਆਪਣੀ ਕਲਾਸ ਸਰ ਨਹੀਂ ਆਏ ਆ ਦੇਖ ਲਓ UMT ਡਿਪਾਰਟਮੈਂਟ ਆ ਉੱਥੇ ਆਪਣਾ ਬਾਲ ਮੈਚ ਚੱਲ ਰਿਹਾ ਕਾਲਜ ਫ੍ਰੀ ਟਾਈਮ ਖੇਡ ਰਹੀ ਹੈ ਵਾਲੀਬਾਲ ਐਨਐਸਯੂ ਨਹੀਂ ਆਪਾਂ ਵੀ ਖੇਡ ਲੈਨੇ ਆ ਕਿਉਂ ਕਰੋਗੇ ਟਰਾਈ ਪਰ ਯਾਰ ਵੈਸੇ ਗਰਮੀ ਵੀ ਬਹੁਤ ਹੈਗੀ ਤੇ ਗਰਮੀ ਨਾਲ ਦੁਬਾਰੇ ਦੁਬਾਰੇ ਆਪਾਂ ਨੂੰ ਕੱਪੜੇ ਚੇਂਜ ਕਰਨੇ ਪੈਣਗੇ ਫਿਰ ਨਹਾਉਣ ਦਾ ਆਪਾਂ ਨੂੰ ਥੋੜਾ ਜਿਹਾ ਉਈ ਪਾਣੀ ਵੇਸਟ ਘੱਟ ਕਰਦੇ ਆ ਆਪਾਂ ਥੋੜਾ ਜਿਹਾ ਪਾਣੀ ਲੋਕ ਕੀ ਕਹਿਣਾ ਚਾਹੁੰਦੇ ਹੋ ਵੀ ਨਾ ਆਪਾਂ ਖੇਡਿਆ ਜਾਵੇ ਕਿ ਨਹੀਂ ਖੇਡਿਆ ਜਾਵੇ ਫਿਰ ਨਹਾਉਣਾ ਪੈਣਾ ਸਕਦੇ ਆ ਫਿਰ ਸਰ ਦਾ ਲਿਬੜਾਂਗੇ ਬੂਟ ਬਾਟ ਉਹ ਦੇਖੋ ਫਿਰ ਆਪਾਂ ਤੈਨੂੰ ਲੱਗਦਾ ਨਹਾਉਣਾ ਕਿੰਨਾ ਫਰਕ ਕਰਦਾ ਨਹਾਉਣਾ ਤਾਂ ਤੈਨੂੰ ਹਫ਼ਤੇ 'ਚ ਇੱਕ ਵਾਰੀ ਚਾਹੀਦਾ ਜੁੱਤੇ ਆਪਣੇ ਦੇ ਸਾਰਿਆਂ ਦੇ ਸਾਫ਼ ਸਾਫ਼ ਹੀ ਨਹੀਂ ਹੋਊਗਾ ਜੀ ਨੇ ਸਾਰੇ ਇਹੀ ਤਾਂ ਡਰ ਆ ਜਿਹਨਾਂ ਪਿੱਛੇ ਖੜ ਜਾਾਂਗੇ ਆਪਾਂ ਕਦੀ ਆ ਇੱਕ ਗੁਰਬਾਜ ਦੇ ਅੱਜ ਵਾਈਟ ਟੀ-ਸ਼ਰਟ ਪਾਈ ਹੋਈ ਹੈ ਜੇ ਬਾਲ ਬੂਲ ਵੱਜੀ ਥੋੜਾ ਖਰਾਬ ਹੋਣ ਦਾ ਵੀ ਡਰ ਐਨਕ ਤਾਂ ਆਪਾਂ ਲਾਉਣੀ ਨਹੀਂ ਫਿਰ ਐਨਕ ਤੇ ਵੱਜੀ ਜੀ ਦੇਖ ਲਈ ਤਾਂ ਪਰ ਗੱਲ ਅੱਖ ਦੇ ਸਜੂ ਪਰ ਨਸ਼ਾ ਪੱਤਾ ਦਾ ਵੀਰੋ ਅਸੀਂ ਕੋਈ ਕਰਦੇ ਨਹੀਂ ਤੁਸੀਂ ਗਲਤ ਨਾ ਦੇਖ ਲਓ ਅੱਖ ਦਿਖਾ ਦਿਓ ਅੱਖ ਇਹਦੀ ਜਮੀ ਨਸ਼ੇੜੀ ਅੱਖ ਥੋੜੀ ਇੱਕ ਗੁੰਤਾਸ਼ ਵੱਗ ਗਿਆ ਨਹੀਂ ਉਹਦੀ ਦਿਖਾਉਣ ਦੇ ਤੁਸੀਂ ਜਮੀ ਹਿੱਲ ਜਾਂਦੇ ਅੱਖ ਦੇਖ ਕੇ UMT ਡਿਪਾਰਟਮੈਂਟ ਅੰਡਰ ਮੈਂਗੋ ਟ੍ਰੀ ਕਹਿੰਦੇ ਇਹਨੂੰ ਬਾਈ UMT ਡਿਪਾਰਟਮੈਂਟ ਕਹਿ ਦਿੰਦੇ ਆ ਵੈਸੇ ਕਾਲਜ ਦਾ ਗਰਾਊਂਡ ਕੈਫੇ ਗ੍ਰੀਨਰੀ ਦਾ ਧਿਆਨ ਵਧੀਆ ਵਾਟਰਿੰਗ ਹੋ ਰਹੀ ਹੈ ਆ ਪਤਾ ਨਹੀਂ ਕੀ ਰੌਲਾ ਛਿੜ ਗਿਆ ਇਹਨਾਂ ਦਾ ਗਾਈਸ ਆਪਾਂ ਚੱਲੇ ਆ ਜਿੰਮੀ ਦੀ ਕਲਾਸ ਵੇਖਣ ਵੇਖਦੇ ਹਾਂ ਕੀ ਬਣਦਾ ਕਲਾਸ ਜਾ ਕੇ
ਵਾਓ ਜਮੇ ਹੀ ਲੱਗ ਰਿਹਾ ਹੁਣ ਤਾਂ ਉਹੀ ਓ ਓ ਆਪਣੇ ਦੂਸਰੇ ਫਰੈਂਡਸ ਮਿਲ ਗਏ ਜਿੰਮੀ ਦੀ ਕਲਾਸ ਚੱਲ ਰਹੀ ਹੈ ਸਾਡਾ ਬੰਦਾ ਅੰਦਰ ਬੈਠਾ ਉਹ ਆਉਂਦਾ ਨੀਗਾ ਮਿੱਤਰੋ ਕਲਾਸ ਲੱਗੀ ਨੀ ਕਾਲਜ ਨੂੰ ਆਪਾਂ ਬਾਏ ਬਾਏ ਕਰਤੀ ਉਹ ਖੜੀ ਆਪਣੀ ਕਾਰ ਇੱਧਰ ਸਾਰ ਖੜੀ ਆ ਅਤੇ ਚੱਲਦੇ ਹਾਂ ਆਪਾਂ ਹੁਣ ਕਿੱਥੇ ਚੱਲੀਏ ਸੋਚੋ ਮੁੰਡਿਓ ਹਰਵੀਰ ਨੂੰ ਕਰਿਆ ਫੋਨ ਕਿ ਆ ਜੇ ਆਪਾਂ ਚੱਲਣਾ ਚੱਲਦੇ ਹਾਂ ਛੱਤੀ ਵੱਲ ਜਾਂ ਚੌਂਤੀ ਵੇਖਦੇ ਹਾਂ ਹਰਵੀਰ ਦੀ ਵੇਟ ਕਰ ਰਹੇ ਆਇਆ ਨੀ ਹਜੇ ਗੁਮਤਾਸ਼ ਵੀਰ ਆਪਣਾ ਕਲਾਸ ਚ ਉਹ ਫਿਰ ਥਾਰ ਲਿਆਊਗਾ ਚਲੋ ਗੁਮਤਾਸ਼ ਵੀ ਦੇਖਦੇ ਹਾਂ ਬਾਕੀ ਅੱਜ ਪਿੰਡੋਂ ਆਪਣੇ ਨਾਲ ਦੇ ਮੁੰਡੇ ਆਈ ਜਾਂਦੇ ਤਿੰਨ ਚਾਰ ਉਹਨਾਂ ਨੂੰ ਵੀ ਪਿੱਕ ਕਰਨਾ ਚੱਲੇ ਹੋਏ ਆ ਮਾਨਸਾ ਤੋਂ ਕਿੱਥੇ ਆ ਗਏ ਪੁੱਛਿਆ ਨੀ ਜਿੰਮੀ ਪੁੱਛਿਆ ਨੀ ਚੱਕਣੇ ਵਰਤ ਕਾਲ ਕਰ ਲਾ ਉਹਨਾਂ ਨੂੰ ਫਿਰ ਆਪਾਂ ਪੁੱਛ ਲਾ ਮਾੜਾ ਜਿਹਾ ਵੀ ਕਿੱਥੇ ਆ ਗਏ ਉਵੇਂ 6 ਵਜੇ ਆਉਣਗੇ ਅੱਜ ਫਿਰ ਹੋਰ ਵੀ ਅੱਜ ਰੌਣਕਾਂ ਮੇਲੇ ਵਧਣਗੇ ਭੰਗੜੇ ਗਿੱਧੇ ਪੈਂਦੇ ਰਹਿਣਗੇ ਅੱਜ ਵੈਸੇ ਹੁਣ ਕਾਲਜ ਰੌਣਕ ਜਮਾ ਹੀ ਹੈ ਨੀ ਗੀ ਸੈਟਰਡੇ ਕਰਕੇ ਥੋੜਾ ਜਿਹਾ ਉੱਤੋਂ ਟਾਈਮ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਵਧੀਆ ਰੌਣਕ ਸੋਰੀ ਕੱਲ ਤਾਂ ਸੰਡੇ ਆਪਾਂ ਮੰਡੇ ਮਿਲਾਂਗੇ ਹੁਣ ਤੇ ਮੰਡੇ ਨੂੰ ਦਿਖਾਉਣੇ ਆ ਕੀ ਪ੍ਰੋਗਰਾਮ ਬਣਦਾ ਇੱਥੇ ਪਾਰਕਿੰਗ ਲਈ ਵੀ ਜਗ੍ਹਾ ਨੀ ਮਿਲਦੀ ਹੁੰਦੀ ਈਵਨ ਕਿ ਇੰਨਾ ਜ਼ਿਆਦਾ ਰਸ਼ ਕਿੱਥੇ ਕਿਲੋਮੀਟਰ ਦੇ ਖੜਾਉਣੀ ਪਵੇ ਕਾਰਾਂ ਨਹੀਂ ਪਤਾ ਕਿੱਥੇ ਚਲੋ ਆਪਣੇ ਵਾਲੀਆਂ ਕਾਰਾਂ ਤਾਂ ਥੋੜੀਆਂ ਉੱਚੀਆਂ ਨੇ ਆਪਾਂ ਡਿਵਾਈਡਰ ਡਿਵੂਡਰ ਤੇ ਚਾੜ ਕੇ ਖੜਾ ਦੇਈਦਾ ਧੱਕਾ ਕਰ ਲਈਦਾ ਨੋ ਪਾਰਕਿੰਗ ਚ ਵੀ ਲਾ ਦਿੰਦੇ ਆ ਕਦੇ ਫਿਰ ਚਲਾਣ ਵੀ ਕਟਾ ਲਈ ਚਲਾਣ ਵੀ ਕਰਾ ਲਈਦਾ ਜਿਵੇਂ ਉਹ ਥਾਰ ਖੜੀ ਅੱਜ ਨੋ ਪਾਰਕਿੰਗ ਚ ਹੀ ਖੜੀ ਆ ਗੰਤਾਸ਼ ਵੀਰ ਤਾਂ ਥੋੜਾ ਜਿਹਾ ਫਿਰ ਸ਼ੀਸ਼ੇ ਵੀ ਜੈੱਡ ਬਲੈਕ ਕਰਕੇ ਚਲਾਉਂਦਾ ਹੈਗਾ ਬਾਅਦ ਫਿਰ 1000 ਰੁਪਏ ਉਹਦੀ ਕੱਢ ਕੇ ਫੜਾ ਬਾਅਦ ਚ ਉਹਦੀ 1000 ਰੁਪਇਆ ਫੜਾ ਆਂਦਾ ਗੱਲ ਚਾਰ ਬੰਦਿਆਂ ਦੀ ਗੱਲ ਕਰਾ ਕੇ ਵੀ 1000 ਰੁਪਇਆ ਦੇਣਾ ਪੈਂਦਾ ਹੈਗਾ ਆਪਾਂ ਨੂੰ ਇੱਥੇ ਬਸ ਸਾਡੀ ਕੋਈ ਉਹ ਵੀ ਨਹੀਂ ਵਾਹ ਚੱਲਦੀ ਨੀ ਕੋਈ ਚਾਰ ਪੁਲਿਸ ਵਾਲਿਆਂ ਮੁਲਾਜ਼ਮਾਂ ਨਾਲ ਅਸੀਂ ਗੱਲ ਵੀ ਕਰਾ ਦਈਏ ਕੋਈ ਪਾਪਾ ਜਾਂ ਤੁਹਾਡਾ ਚਾਚਾ ਰਿਸ਼ਤੇਦਾਰ ਜੇ ਕੋਈ ਚੰਡੀਗੜ੍ਹ ਪੁਲਿਸ 'ਚ ਵਧੀਆ ਪੋਸਟ ਪਾਸਟ ਤੇ ਹੈਗਾ ਸਾਨੂੰ ਜ਼ਰੂਰ ਥੱਲੇ ਕਮੈਂਟ 'ਚ ਦੱਸਿਓ ਜ਼ਰੂਰ ਕਨਸਰਨ ਕਰਿਓ ਸਾਡੇ ਨਾਲ ਪਲੀਜ਼ ਸਾਨੂੰ ਜ਼ਰੂਰੀ ਇਹ ਸਾਨੂੰ ਨੀਡ ਹੈ ਇੱਕ ਕਿ ਸਾਡਾ ਵੀ ਬਸ ਯਾਰ ਚਲਾਉਣਾ ਦਾ ਤਾਂ ਬਾਹਲਾ ਜ਼ਿਆਦਾ ਖਰਚਾ ਚੱਲੀ ਜਾਂਦਾ ਚਲਾਉਣ ਤਾਂ ਮਤਲਬ ਡੇਲੀ 500 ਤਾਂ ਇੱਕ ਅੱਧੇ ਜਾਣੇ ਦਾ ਹੁਣ 6-7 ਕਾਰਾਂ ਨੇ ਇੱਕ ਅੱਧੀ ਕਾਰ ਦਾ ਤਾਂ ਆਇਆ ਹੀ ਰਹਿੰਦਾ ਹੈਗਾ ਤਾਂ ਕਰਕੇ ਥੋੜਾ ਜਿਹਾ ਸਾਨੂੰ ਦਿੱਕਤ ਆਉਂਦੀ ਹੈਗੀ ਤੇ ਇਹ ਚੀਜ਼ ਦਾ ਧਿਆਨ ਰੱਖਿਓ ਬਾਈ ਬਣ ਕੇ ਜ਼ਰੂਰ ਦੱਸਿਓ ਜੀ ਕੋਈ ਵੀ ਤੁਹਾਡਾ ਰਿਸ਼ਤੇਦਾਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵਿੱਚ ਹੈਗਾ ਟ੍ਰੈਫਿਕ ਆ ਕਿਵੇਂ ਵੀ ਜੇ ਕਿਸੇ ਦੀ ਚੱਲਦੀ ਆ ਜਿਹੜਾ ਕਹਾਉਂਦਾ ਗੱਲਬਾਤ ਆ ਜਿਵੇਂ ਕੀ ਆਪਾਂ ਕਹਿੰਦੇ ਗੱਲਬਾਤ ਉਹ ਬੰਦੇ ਦੀ ਬਾਈ ਕਿ ਉਹਦੀ ਚੱਲਦੀ ਆ ਜੀ ਗੱਲਬਾਤ ਤਾਂ ਵੈਸੇ ਸਾਡੇ ਕਨਵਰ ਯਾਰ ਦੀ ਵੀ ਬਹੁਤ ਢੀ ਸੀ ਆ ਭਰਾ ਸਾਡਾ ਉਹ ਪਰ ਹਜੇ ਬਣਿਆ ਨਹੀਂ ਬਣ ਤਿਆਰੀ ਕਰਦਾ ਉਹ ਸਾਡੇ ਜੋ ਬਹੁਤ ਪੜਨ ਵਾਲਾ ਬੱਚਾ ਗੱਲ ਉਹੀ ਆ ਬਾਕੀ ਅਸੀਂ ਚੱਲ ਵਧੀਆ ਆਪਦੀ ਹਰਵੀਰ ਤਾਂ ਸਾਡੇ ਜੋ ਜਮਾ ਹੀ ਸੰਦ ਆ ਉਹ ਆਉਂਦਾ ਤੁਰਿਆ ਇਹ ਸਾਰਿਆਂ ਨੂੰ ਮਤਲਬ ਐਂਟਰਟੇਨਮੈਂਟ ਦਾ ਸਾਧਨ ਹੈ ਸਾਡਾ ਇਹ ਸਾਰੇ ਦਿਨ ਦਾ ਇੰਨੀ ਜ਼ਿਆਦਾ ਐਂਟਰਟੇਨਮੈਂਟ ਕਰਾਉਂਦਾ ਨਾ ਕਿ ਛੱਡ ਦੋ ਗੱਲਾਂ ਉਹ ਆਉਂਦਾ ਲੈ ਹੁਣ ਵੀ ਅਸੀਂ ਹੱਥ ਦਾ ਬਿੰਗਾ ਦਿੰਗੜ ਜਾ ਲੈ ਹੱਥ ਮਾਰਦਾ ਹੁੰਦਾ ਗੁਰਬਾਜ ਵੀ ਬਾਜ ਕਰੀ ਜਾਂਦਾ ਉੱਥੇ ਖੜਾ ਆ ਗੱਲ ਐਕਟਰ ਲੱਗ ਰਿਹਾ ਕਿ ਨਹੀਂ ਐਂ ਦੱਸੋ ਐਕਟਰ ਹੀ ਲੱਗਦਾ ਨਾ ਉਹ ਛੱਤੀ ਆ ਜਾਓ ਛੱਤੀ ਕਹਿਤਾ ਮੈਂ ਪੈਂਤੀ ਵਾਲੀਆਂ ਬੱਤੀਆਂ ਤੇ ਕੀ ਬਣਦਾ ਬਣਨਾ ਕੀ ਹੈ ਭਰਾਵਾ ਬੈਲਟ ਲਾ ਲਈਏ ਕਿ ਨਹੀਂ ਚੱਲ ਆਪਾਂ ਉਹਦੇ ਦਾ ਕੋਈ ਨਹੀਂ 500 ਹੋਰ ਦੇ ਦਾਂਗੇ ਬਾਕੀ ਤੁਸੀਂ ਦੱਸਣਾ ਜ਼ਰੂਰ ਆ ਕਮੈਂਟਾਂ 'ਚ ਕੀ ਕੀ ਬੈਲਟ ਯਾਰ ਥੋੜ੍ਹਾ ਜਿਹਾ ਗੁਣਤਾਸ਼ ਵੀਰ ਵਾਂਗੂ ਸਾਨੂੰ ਪਸੀਨਾ ਆ ਜਾਂਦਾ ਥੋੜ੍ਹਾ ਜਿਹਾ ਬੈਲਟ ਲਾ ਕੇ ਅਤੇ ਗੁਣਤਾਸ਼ ਵੀਰ ਕਹਿੰਦਾ ਬੈਲਟ ਨਾ ਲਾਇਆ ਕਰੋ ਵਧੀਆ ਨਹੀਂ ਰਹਿੰਦੀ ਥੋੜ੍ਹੀ ਜਿਹੀ ਕਹਿੰਦਾ ਪਸੀਨਾ ਆ ਜਾਂਦਾ ਗਰਮੀ ਆ ਕਹਿੰਦਾ ਆਪਾਂ ਕੀ ਨੰਗਾ ਉਹਦੀ 1000 ਰੁਪਇਆ ਕਹਿੰਦਾ ਕੱਢ ਕੇ ਧਰ ਦਿਆ ਕਰੋ ਆਪਾਂ ਕਿਹੜਾ ਨੰਗਾ ਕਹਿੰਦਾ ਚਲੋ ਫਿਰ ਹੁਣ ਉਹਦੇ ਖਾਤੇ ਚ ਹੀ ਪਾਵਾਂਗੇ ਆਪਾਂ ਜੀ ਚਲਾਨ ਚਲੂਨ ਕੱਟਿਆ ਆਪਾਂ ਤਾਂ ਕਹਿੰਦੇ ਨੰਗੀ ਆਪਾਂ ਤਾਂ ਨੰਗੀ ਆਗੇ
ਉਹ ਨਹੀਂ ਨੰਗ ਆਲੂ ਵਾਲਾ ਸਰਦਾਰ ਹੈਗਾ ਫਿਰ ਆਲੂ ਉਲੂ ਪੂਰੇ ਲਾਉਂਦੇ ਆ ਬਈ ਫਸਲਾਂ ਵੀ ਤਿੰਨ ਚਾਰ ਕੱਢਦੇ ਹੈਗੇ ਹੁਣ ਨਿਲ ਤਾਂ ਆਲੂ ਝੋਨਾ ਝੋਨਾ ਸਾਰਾ ਤੇ ਕਣਕ ਚਾਰ ਫਸਲਾਂ ਕਰਦੇ ਆ ਬਈ ਉਹ ਤੇ ਕਮਾਈ ਤਾਂ ਅੰਨੀ ਹੋਈ ਆ ਥੋੜੀ ਰੂਬੀ ਕੌਣ ਆ ਬਈ ਕੋਲੇ ਤੇ ਕਾਰਾਂ ਕੂੜਾਂ ਵੀ ਵਾਧੂ ਨੇ ਤੇ ਜੈਲਦਾਰਾਂ ਨਾਲ ਬਾਕੀ ਲਿਹਾਜ਼ ਹੈਗੀ ਜੈਲਦਾਰ ਦਾਦਾ ਜੀ ਨਾਲ ਉਹਦੇ ਨਾਲ ਤੇ ਉਹ ਫਿਰ ਕੁੱਲ ਮਿਲਾ ਕੇ ਉਹਨਾਂ ਦੀ ਗੱਲਬਾਤ ਆ ਕਿਉਂ ਬਈ ਗੱਲਬਾਤ ਆ ਬਈ ਬਰਨਾਲੇ ਏਰੀਏ ਚ ਬਸ ਨਾ ਬੋਲਦਾ ਉਹਨਾਂ ਦਾ ਪਿੰਡ ਚ ਜਿੰਮੀ ਤੇਰੇ ਦਾ ਯਾਦ ਚਿੰਤਨ ਸਿੰਘ ਛੱਤੀ ਸੈਕਟਰ ਫਰੈਗਨੈਂਸ ਗਾਰਡਨ ਦੇ ਨਾਲ ਦੀ ਜਾਂਦੇ ਆ ਬਾਕੀ ਅੱਜ ਮੌਸਮ ਵਧੀਆ ਹੋਇਆ ਗਰਮੀ ਫਿਰ ਵੀ ਹੁੰਦੀ ਆ ਇਹ ਮਤਲਬ ਇੱਥੇ ਮਾਹੌਲ ਵਾਲਾ ਫੈਕਟਰ ਹੈ ਥੋੜਾ ਬਹੁਤਾ ਵੀ ਗੇੜੀਆਂ ਗੂੜੀਆਂ ਵੱਜਦੀਆਂ ਨੇ ਇੱਥੇ MCM ਕਾਲਜ ਕਰਕੇ ਵੀ ਚਲੋ ਲਾ ਲਓ ਫਿਰ ਵੈਸੇ ਵੀ ਵਧੀਆ ਮਾਹੌਲ ਜੀ ਲੱਗਦਾ ਇੱਥੇ ਇਸ ਵੇਲੇ ਤੁਹਾਨੂੰ ਦਿਖਾਉਣ ਵਾਸਤੇ ਆਏ ਆ ਤੁਹਾਨੂੰ ਪਿੰਡ ਚੰਡੀਗੜ੍ਹ ਹੀ ਫਿਰਦੇ ਹੋ ਚੰਡੀਗੜ੍ਹ ਫੀਲ ਕਰਾਇਆ ਕਰਨਾ ਸੀ ਵੀ ਤੁਸੀਂ ਸਾਡੇ ਨਾਲ ਹੋ ਸਾਰਿਆਂ ਨੇ ਜ਼ਰੂਰ ਸਾਰੇ ਵਲੌਗ ਸਾਡੇ ਦੇਖਿਆ ਕਰਿਓ ਬਈ ਤੇ ਸਪੋਰਟ ਕਰਿਓ ਮੜੀ ਸਾਨੂੰ ਉਹ ਤਾਂ ਕੋਈ ਆਪਣਾ ਇਸ਼ੂ ਨਹੀਂ ਪੈਸੇ ਪੂਸਿਆਂ ਦਾ ਆਪਾਂ ਤਾਂ ਚਲੋ ਐਂ ਹੈ ਕਿ ਮਨੋਰੰਜਨ ਲਈ ਇੱਕ ਵੀ ਚਲੋ ਵਧੀਆ ਜੀ ਜਿਹਾ ਲੱਗਿਆ ਰਹਿੰਦਾ ਰੌਣਕ ਲੱਗੀ ਰਹਿੰਦੀ ਆ ਚਲੋ ਨਾਲ ਦੇ ਭਰਾਵਾਂ ਦਾ ਵੀ ਮਨੋਰੰਜਨ ਕਰਾ ਦਿਆ ਕਰਾਂਗੇ ਮਾੜਾ ਮੋਟਾ ਚਲੋ ਅਸਤਾ ਆਪਤਾ ਫਿਰਦੇ ਹੀ ਰਹਿੰਦੇ ਹਾਂ ਸਾਰਾ ਦਿਨ ਭਕਾਈ ਕਰਦੇ ਹਾਂਜੀ ਤੇ ਅੱਜ ਤਾਂ ਵੀਰੋ ਇੱਥੇ ਵੀ ਸੈਟਰਡੇ ਕਰਕੇ ਸੁਣਨਾ ਹੀ ਹੈ ਕੰਮ ਤੇ ਨਾਕਾ ਵੀ ਲੱਗਿਆ ਹੋਇਆ ਹੈਗਾ ਇਸ ਲਈ ਆਪਾਂ ਨਾਕੇ ਤੋਂ ਪਰਾਂ ਹੀ ਮੋੜ ਲੈਣੇ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੇ ਦਿਨ ਚੰਗੇ ਨਹੀਂ ਨਿਕਲ ਰਹੇ ਇਸ ਲਈ ਹੁਣ ਨਾਕੇ ਤੇ ਤਾਂ ਨਾ ਹੀ ਜਾਇਆ ਜਾਵੇ ਤਾਂ ਬਾਹਲੇ ਵਧੀਆ ਰਵਾਂਗੇ ਤੇ ਇੱਧਰ ਦੇਖੋ ਵੇਰਕਾ ਬੂਥ ਆ ਗਿਆ ਬਈ ਲੱਸੀ ਲੱਸੀ ਪੀਣੀ ਹੁੰਦੀ ਹੈ ਦੁੱਧ ਸਾਰਿਆਂ ਨੂੰ ਵਧੀਆ ਇਹਨਾਂ ਦਾ ਜਿਵੇਂ ਪਿੰਡਾਂ 'ਚ ਆਪਾਂ ਪਿੰਡ ਵਾਲਾ ਦੁੱਧ ਹੁੰਦਾ ਨਾ ਆਪਣੇ ਵੀ ਵੇਰਕਾ ਤੇ ਆਪਾਂ ਯਕੀਨ ਕਰ ਸਕਦੇ ਹਾਂਗੇ ਵੇਰਕਾ ਦਾ ਪੀ ਲਿਆ ਕਰੋ ਬਈ ਜਿਹੜੇ ਚੰਡੀਗੜ੍ਹ ਰਹਿੰਦੇ ਹੋ ਸਾਡੇ ਨਾਲ ਕਿਤੇ ਵੀ ਰਹਿੰਦੇ ਆ ਸਾਰੇ ਵੇਰਕਾ ਵਧੀਆ ਆਪਾਂ ਵੇਰਕਾ ਦਾ ਬਹੁਤ ਵਧੀਆ ਦੁੱਧ ਆ ਥੋੜਾ ਵਧੀਆ ਬ੍ਰਾਂਡ ਇੱਧਰ ਆ ਗੁਣਤਾਸ਼ਵੀਰ ਦੇ ਦੋਸਤ ਦੀ ਕੋਠੀ ਆ ਗਈ ਬਈ ਆ ਨਹੀਂ ਹੈਗੀ ਫੁੱਲ ਬੂਟੇ ਤਾਂ ਚਲੋ ਆਪਾਂ ਕੋਈ ਨੀ ਆਪਾਂ ਵੀ ਲਾ ਲਿਆਂਗੇ ਕੋਠੀ ਚ ਉਹ ਤਾਂ ਕੋਈ ਐਡਾ ਇਸ਼ੂ ਨੀ ਹੈਗਾ ਸੋਹਣੇ ਸੀ ਦੇਖਣੇ ਸੀ ਚਲੋ ਆਪਾਂ ਫਿਰ ਯੂ ਟਰਨ ਮਾਰ ਲੈਣੇ ਆ ਇੱਥੋਂ ਤੇ ਬੈਲਟਾਂ ਲਾ ਕੇ ਆਪਾਂ ਫਿਰ ਅੱਜ ਨਾਕੇ ਮੂਰਦੀ ਵੀ ਚੱਲਣਾ ਜੇ ਕੁਛ ਹੋ ਜੇ ਐ ਨਹੀਂ ਪਤਾ ਸਾਨੂੰ ਕੁੱਟਣ ਚਲੋ ਫਿਰ ਐਂ ਤਾਂ ਗੱਲ ਵੀ ਕਰਵਾ ਦਿਆਂਗੇ ਕਿਸੇ ਗੁਣਤਾਸ਼ਵੀਰ ਨੂੰ ਮੁਲਾਜ਼ਮ ਵਧੀਆ ਜਾਣਦੇ ਨੇ ਇੱਥੇ ਥੋੜ੍ਹੇ ਬਹੁਤੇ ਚਲੋ ਠੀਕ ਹੈ ਇੱਕ ਤਾਂ ਮੁੜ ਗਿਆ ਫੋਰਚੂਨਰ ਵਾਲੇ ਮੁੜ ਗਏ ਦੇਖੋ ਨੱਕ ਤੋਂ ਟੁੱਟਦੇ ਸੀਟ ਬੈਲਟ ਆਪਾਂ ਲਾ ਲਈਆਂ ਹੁਣ ਥੋੜ੍ਹਾ ਜਿਹਾ ਫਿਰ ਡਰ ਟੁਰ ਤਾਂ ਤੁਹਾਨੂੰ ਪਤਾ ਹੀ ਆ ਲੱਗਦਾ ਹੀ ਹੈ ਬਹੁਤ ਉਰੇ ਬਹੁਤ ਕੁਛ ਦੇਖਣ ਨੂੰ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਇੱਥੇ ਤੁਹਾਨੂੰ ਮਤਲਬ ਕਿ ਕਾਰਾਂ ਕਿਵੇਂ ਲੋਕ ਕਾਰਾਂ ਲਾਈਨ ਚ ਲੱਗ ਕੇ ਵਧੀਆ ਗੇੜੀ ਗੁੜੀ ਵੱਜਦੀ ਹੈ ਇੱਥੇ ਮਾਰਕੀਟ ਦਾ ਵੀ ਆਪਾਂ ਥੋੜਾ ਜਿਹਾ ਵਿਊ ਦਿਖਾਵਾਂਗੇ ਰਸ਼ ਥੋੜਾ ਥੋੜਾ ਵਧਣ ਲੱਗ ਗਿਆ ਜਿਵੇਂ ਟਾਈਮ ਨੇੜੇ ਆਈ ਜਾਂਦਾ ਹੈਗਾ ਬਹੁਤ ਨਵੇਂ ਨਵੇਂ ਲੋਕ ਦੇਖਣ ਨੂੰ ਮਿਲਦੇ ਆ ਰਹੇ ਕੋਈ ਕਾਰਾਂ ਦੇ ਸ਼ੀਸ਼ੇ ਖੋਲ ਕੇ ਬੇਸ ਲਾ ਕੇ ਗਾਣੇ ਚਲਾ ਰਿਹਾ ਹੁੰਦਾ ਕੋਈ ਕੁਛ ਕਰ ਰਿਹਾ ਹੁੰਦਾ ਕੋਈ ਸਨ ਰੂਫ ਚੋਂ ਬਾਹਰ ਨਿਕਲਿਆ ਹੋਇਆ ਹੁੰਦਾ ਗਾ ਤੇ ਅਲੱਗ ਅਲੱਗ ਲੋਕਾਂ ਦੇ ਚਿਹਰੇ ਦੇਖਣ ਨੂੰ ਮਿਲਦੇ ਆ ਆਪਾਂ ਨੂੰ ਛੱਤੀ ਕੀ ਕਰਦੇ ਹੋ ਬਈ
ਛੱਤੀ ਮਰੇ ਉਹਦੇ ਗੇੜੀ ਲੱਗਦੀ ਆ ਪੂਰਾ ਵਧੀਆ ਜੀ ਲੱਗਦਾ ਹੈਗਾ ਅੱਛਾ ਲੱਗਦਾ ਥੋੜਾ ਟਾਈਮ ਹੈ ਤੂੰ ਤਾਂ ਸਾਰਾ ਟਾਈਮ ਸ਼ੂਟਿੰਗ ਰਹਿੰਦੇ ਹੋ ਵੀ ਬਈ ਫਿਰ ਗੇਮ ਵੀ ਜ਼ਰੂਰੀ ਆ ਨਾ ਉਹਦੀ ਗੇਮ ਵੀ ਕਰਨੀ ਹੈ ਚਲੋ ਦਿਖਾਵਾਂਗੇ ਗੇਮ ਵੀ ਗੇਮ ਦਾ ਬਹੁਤ ਇੰਟਰਸਟਿੰਗ ਸਾਰਾ ਕੁਝ ਵਧੀਆ ਸਭ ਕੁਝ ਦਿਖਾਵਾਂਗੇ ਤੁਹਾਨੂੰ ਤੇ ਥੋੜੇ ਜਿਹੇ ਇਲੀਗਲ ਕੰਟੈਂਟ ਵੀ ਦਿਖਾਵਾਂਗੇ ਤੁਹਾਨੂੰ ਜਿਹੜੇ ਨਹੀਂ ਦਿਖਾ ਸਕਦੇ ਤੇ ਵਧੀਆ ਜੇ ਨਾਰਮਲ ਯੂਟਿਊਬਰ ਨਹੀਂ ਦਿਖਾ ਸਕਦੇ ਡਿਪਟੀ ਸਪੀਕਰ ਦਾ ਪੋਤਾ ਫੇਰ ਆ ਗਿਆ ਚੱਕ ਲਿਆ ਹੈਲੋ ਹਾਂ ਬਾਈ ਬਾਈ 36 ਸੈਕਟਰ ਸੀ ਆਪਾਂ ਵਲੌਗ ਚ ਸ਼ੂਟ ਕਰ ਰਹੇ ਤੁਹਾਨੂੰ ਆਪ ਤੁਸੀਂ ਵਲੌਗ ਚ ਆ ਰਹੇ ਹੋ ਬਈ ਹੈਲੋ ਮਾਈ ਸਬਸਕ੍ਰਾਈਬਰ ਹੋਰ ਬਈ ਬਾਈ ਦਾ ਵੀ ਚੈਨਲ ਆ ਚੱਲੀਏ ਬਾਈ ਦਾ ਵੀ ਚੈਨਲ ਆ ਬਾਈ ਦਾ ਵੀ ਸਬਸਕ੍ਰਾਈਬ ਕਰ ਲਿਓ ਚੈਨਲ ਮੈਂ ਕਿੱਥੇ ਆ ਤੂੰ ਕਿੱਥੇ ਹੁਣ ਮੈਂ ਹੁਣੇ 68 ਚੱਲ ਕੱਢਣ ਜਾ ਰਹਾ 68 33 ਆ ਜਾ ਕਿਰਾ 33 ਆ ਜਾ ਆਪਣੀ ਸਵੀਟ ਹੋਮ ਪਹੁੰਚ ਤੂੰ ਅਸੀਂ ਵੀ ਪਹੁੰਚਦੇ ਆ ਤੇ ਆਪਦੇ ਚੈਨਲ ਦਾ ਨਾਮ ਬੋਲ ਦੇ ਇੱਕ ਵਾਰੀ ਮਾਹਰ ਆ ਪੂਰਾ ਡਿਟੇਲ ਚ ਦੱਸ ਹੀ ਚੁੱਕੇ ਆ ਜਦੋਂ ਆਪਾਂ 36 ਆ ਰਹੇ ਸੀਗੇ ਤੁਹਾਨੂੰ ਪਤਾ ਹੀ ਆ ਉਹ ਵਲੌਗ ਚ ਦੇਖਣ ਨੂੰ ਮਿਲੂਗਾ ਇਹ ਨੇ ਬਈ ਉਹ ਸਰਦਾਰ ਤੇ ਤੁਹਾਨੂੰ ਸਾਰਾ ਕੁਛ ਦੇਖਣ ਨੂੰ ਮਿਲੂਗਾ ਵਲੌਗ 'ਚ ਹੁਣ ਆਪਾਂ 36 ਬੈਠੇ ਸੀਗੇ ਮਾਰਕੀਟ ਖਾ ਪੀ ਕੇ ਵਧੀਆ ਓਕੇ ਹੋਏ ਬੈਠੇ ਹਾਂ ਜਮਾਂ ਡਕਾਰ ਮਾਰੀ ਜਾਂਦੇ ਆ ਮੁੰਡੇ ਹਰਵੀਰ ਜੀ ਕਿਵੇਂ ਫੀਲ ਕਰ ਰਹੇ ਅੱਜ ਆਪਾਂ ਗੇੜਾ ਨਹੀਂ ਲਾ ਸਕੇ ਕਿਉਂਕਿ ਉੱਥੇ ਨਾਕਾ ਸੀਗਾ ਤਾਂ ਕਰਕੇ ਐਂ ਤਾਂ ਅਸੀਂ ਵੀ ਲਾਏ 2-3 ਗੇੜੇ ਚਲੋ ਫਿਰ ਇਦੂ ਬਾਅਦ ਤਾਂ 1000 ਰੁਪਇਆ ਕੱਢਣਾ ਪੈ ਜਾਣਾ ਸੀਗਾ ਜੇਬ 'ਚੋਂ ਤੇ ਤਾਂ ਕਰਕੇ ਫੋਨ ਤਾਂ ਬਾਈ ਜੀ ਤੋਂ ਕਰਾਉਣ ਦੇ ਬਾਈ ਜੀ ਜੇ ਬਾਈ ਤੁਹਾਨੂੰ ਕਿਸੇ ਨੂੰ ਕੋਈ ਗਰਮੀ ਲੱਗ ਜਾਵੇ ਬੈਲਟ ਲਾਉਣ ਵੇਲੇ ਸਾਡੇ ਯਾਰ ਨਾਲ ਯਾਰੀ ਲਾ ਲਓ ਉਹ ਗੱਲ ਅਸੀਂ ਦੱਸਤੀ ਪਹਿਲਾਂ ਆਪਣੇ ਵਿਊਅਰ ਨੂੰ ਦੱਸਤੀ ਉਹ ਗੱਲ ਦਾ ਵੀ ਜੇ 4-5 ਪੁਲਿਸ ਵਾਲੇ ਤੋਂ ਫੋਨ ਵੀ ਕਰਾ ਦਈਏ ਫਿਰ ਵੀ 1000 ਰੁਪਇਆ ਦੇਣਾ ਪਊਗਾ ਆਪਾਂ ਨੂੰ ਜੇ ਕੁਛ ਵੀ ਬੇਇੱਜ਼ਤੀ ਦਾ ਫਿਰ ਥੋੜੀ ਜਾਣਦਾ ਹੋਇਆ ਕਿਸੇ ਨੂੰ ਪੁਲਿਸ ਵਾਲੇ ਨੂੰ ਵਧੀਆ ਸਾਨੂੰ ਦੱਸ ਦਿਓ ਆਪਾਂ ਚੱਕ ਲਈ ਸਵਾਰੀ ਫੁੱਲ ਆ ਗਏ ਆਪਣੇ ਯਾਰ ਬੈਲੀ ਕੀ ਹਾਲ ਆ ਬਾਈ ਜੂਏ ਓਕੇ ਰਿਪੋਰਟ ਆ ਕੀ ਹਾਲ ਆ ਜੀ ਆ ਬੈਠਾ ਆਪਣੇ ਨਾਲ ਨੇ ਬਾਈ ਜੀ ਸਾਰਿਆਂ ਨੂੰ ਸਾਡਾ ਨਮਸਕਾਰ ਬਾਕੀ ਦਾ ਠੀਕ ਆ ਜੀ ਇੱਕ ਨੂੰ ਅਸੀਂ ਸਰਾਹ ਚ ਸਾਹ ਹੋ ਗਿਆ ਸੀਗਾ ਜੀ ਸਾਹ ਕੀ ਨੂੰ ਹੋ ਗਿਆ ਸੀ ਬਾਈ ਆ ਬਾਈ ਸਾਡਾ ਵੀਰ ਭਾਈ ਹੈ ਇਹਦੇ ਢੱਡੇ ਚ ਕੋਲੀ ਬਣ ਗਈ ਹੈ ਇਹਦੇ ਕੋਲੀ ਬਣ ਗਈ ਹੈ ਢੱਡੇ ਚ ਕੋਲੀ ਬਣ ਗਈ ਹੈ ਚੂਜਾ ਦੱਸੀ ਕਿਹੜੀ ਕਿੱਥੇ ਜੇ ਕੋਲੀ ਬਣੀ ਹੈ ਕੀ ਬਣ ਗਿਆ ਜੀ ਕੋਲੀ ਬਾਈ ਕੋਲੀ ਕੀ ਪਤਾ ਨਹੀਂ ਕੀ ਬਣੀ ਹੈਗਾ ਢੱਡੇ ਚ ਕੋਲੀ ਬਣ ਗਈ ਚਲੋ ਮਿਲਦੇ ਆਪਾਂ ਤੁਹਾਨੂੰ ਕੁਝ ਖਾਣ ਪੀਣ ਥਾਂ ਤੇ ਲੋ ਮੁੰਡੇ ਚੱਕ ਲਈ ਆਪਾਂ ਹਰਵੀਰ ਵਾਲੀ ਨੈਪੋਲੀਅਨ ਬਲੈਕ ਨਵੀਂ ਲੈਤੀ ਆ ਮੁੰਡੇ ਨੇ ਪੂਰਾ ਇਨਸਾਨ ਸੁਣ ਰੂਫ ਹੈਗਾ ਵਧੀਆ ਮੁੰਡੇ ਆਏ ਹੋਏ ਆ ਮਾਨਸਾ ਤੋਂ ਦੇਖ ਗੇੜੇ ਗੁੜੇ ਦਵਾਉਣੇ ਇਹਨਾਂ ਨੂੰ ਤੇ ਉਹ ਹਰਵੀਰ ਹੋਰੀ ਦੂਸਰੀ ਹਰਸਿਮਰਨ ਵਾਲੀ ਕਾਰ ਚ ਨੇਗੇ ਤੇ 34 ਆਏ ਸੀਗੇ ਗੇੜੇ ਲਾਉਣ ਤੇ ਮਾੜਾ ਮੋਟਾ ਕੁਛ ਖਾਂਦੇ ਪੀਂਦੇ ਆ ਬਈ ਤੇ ਆਹ ਲੈ ਜਿੰਮੀ ਮਾੜਾ ਦਿਖਾ ਵਿਊ ਵੀਰੇ ਫਿਰ ਤੁਸੀਂ ਐ ਕਹੋ ਅੱਜ ਸ਼ਾਮ ਨੂੰ ਟਿਕਟ ਬੁੱਕ ਕਰਾ ਲੈਣੇ ਆਪਾਂ ਬੱਸ ਸਟੈਂਡ ਮਾਨਸਾ ਦੀ ਅੱਜ ਵੇਰੇ ਸੀ ਵਾਸਤੇ ਤੇ ਤੜਕੀ ਵਗ ਜਾਂਦੇ ਆ
ਤੁਸੀਂ ਵੀਰੇ ਕੋਈ ਲੈਵਲ ਦੀ ਗੱਲ ਕਰੋ ਲੈਵਲ ਦੀ ਗੱਲ ਹੀ ਆ ਰਾਤ ਨੂੰ 4 ਕਰੋੜ ਰੁਪਏ ਰਾਤ ਨੂੰ ਲੈਵਲ ਉੱਚਾ ਕਰਾਂਗੇ ਬ੍ਰਦਰ ਕਲੱਬ ਚ ਫਿਰ ਰਾਤ ਨਹੀਂ ਗਏ ਕੋਈ ਨਹੀਂ ਅੰਕੂ ਯਾਰ ਵਟਾ ਜਿਹੜੋ ਹੀ ਮੁਰੋ ਵਟਾ ਜਿਹੜੋ ਹੀ ਮੁਰੋ ਅੰਕੂ ਨੂੰ ਦਿਖਾਓ ਯਾਰ ਬਾਈ ਆਹ ਦੇਖੋ ਜੀ ਮੁੰਡੇ ਨੂੰ Rush in 34 sector market. ਬਹੁਤ ਰਸ਼ ਆ। ਇਹ ਉਹ ਗੱਡੀ ਥਾਂ ਮਿਲ ਗਈ 5300 ਜਾਂਦੀ ਆਪਣੀ ਇੱਕ ਹਰ ਸਿਮਰਨ ਵਾਲੀ। ਓ ਵਾਓ ਆਰ ਮੈਂ ਕਹਿੰਦਾ ਪਾਰਕ ਕਰਦੀ ਇੱਥੇ ਵਧੀਆ ਰਹਾਂਗੇ। ਆ ਟੀਮਮੇਟਸ ਆ ਗੋਇੰਗ ਇੱਥੇ ਪਾਰਕ ਕਰੋ ਵੀਰੇ। ਪਾਰਕ ਤਾਂ ਕਰਦੇ ਹਾਂ ਆਪਣੇ ਜਿਹੜੇ ਪਏ ਨੇ ਮਾਨਸ ਵਾਲਿਆਂ ਦੇ। ਆਪਣੇ ਬੰਦੇ ਫਿਰਦੇ ਆ ਨਾਲ ਦੇ ਵੀ 31 53 100 ਦੇ ਨੇੜੇ ਕਹਿੰਦੇ। ਬਾਕੀ ਤੁਹਾਨੂੰ ਦੱਸਿਆ ਹੀ ਸੀ ਕਿ ਭਾਈ ਸਾਡੇ ਕੋਲ ਤਾਂ ਹੋ ਗਏ ਖਾਤੇ ਖਤਮ। ਹੁਣ ਆਪਣੇ ਯਾਰ ਸਪਾਂਸਰ ਹੁਣ ਆਪਣੇ ਯਾਰ ਆ ਗਏ ਸਪਾਂਸਰ ਮਾਨਸਾ ਤੋਂ ਹੁਣ ਕੋਈ ਟੈਨਸ਼ਨ ਹੀ ਨਹੀਂ ਹੈਗੀ ਬਾਈ। ਪੈਸਾ ਵਾਧੂ ਆ ਕੋਈ ਚੱਕਰ ਹੀ ਨਹੀਂ ਕਿਸੇ ਗੱਲ ਦਾ। ਡਿੱਗੇ ਬੈਂਕਾਂ 'ਚ ਅਲਾਰਮ ਕਰੇ ਸੋਹਣੀਏ ਤੇ ਬਾਈ ਖਾਵਾਂ ਮੈਨੂੰ ਆ ਅੱਗੇ ਸਾਡੇ ਸਾਡੇ ਹਰਸਿਮਰਨ ਦੇ ਛੋਟੇ ਭਾਈ ਦੀ ਗੱਡੀ ਜਾਂਦੀ ਹੈਗੀ ਹਰਸਿਮਰਨ ਦਾ ਛੋਟਾ ਮੁੰਡਾ ਇੱਕ ਉਹਦੀ ਗੱਡੀ ਹੈ ਇਹ ਤੇ ਤੋੜਦੇ ਕਾਹਤੋਂ ਨਹੀਂ ਗਏ ਖੜਾ ਕੇ ਆਪਣੀ ਗੱਡੀ ਅੜ ਗਈ ਗੱਡੀ ਅੜ ਗਈ ਤੇ ਆਹ ਥੋੜਾ ਜਿਹਾ ਵਿਟਰ ਵਿਟਰ ਝਾਕ ਰਿਹਾ ਜਿਵੇਂ ਰੋਟੀ ਰੋਟੀ ਖਾ ਲਈਏ ਆਪਣਾ ਕੁੱਕ ਗਿਆ ਆ ਫਿਰਦਾ ਹੈ ਅਨਿਲ ਠੀਕ ਹੈ ਫਿਰ ਅਗਲੇ ਵਲੌਗ